ਮੈਂ ਕਰਨਜੀਤ ਸਿੰਘ ਕੋਵਿਡ ਟ੍ਰਾਈਸਿਟੀ ਤੋਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਪ੍ਰਥਾ ਨੂੰ ਅੱਗੇ ਲੈ ਕੇ ਜਾਂਦੇ ਹੋਏ ਪ੍ਰਣ ਲਿੱਤਾ ਹੈ ਸਾਰਿਆਂ ਨੇ ਲੰਗਰ ਕਿਸੇ ਵੀ ਕੋਈ ਵੀ ਮੇਰਾ ਵੀਰ ਭਰਾ ਜਿਹੜਾ ਆਰਥਿਕ ਤੌਰ 'ਤੇ ਅਸਮਰਥ ਹੈ ਉਹ ਭੁੱਖਾ ਨਾ ਸੋਏ ਇਸ ਕਰਕੇ ਅਸੀਂ ਡੇਲੀ 8 ਤੋਂ 10 ਹਜ਼ਾਰ ਲੋਕਾਂ ਤੱਕ ਇੱਦਾਂ ਲੰਗਰ ਦੀ ਸੇਵਾ ਮੁਹੱਈਆ ਕਰਾ ਰਹੇ ਹਾਂ ਪਹੁੰਚਾ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਮੇਰਾ ਵੀਰ ਭਰਾ ਦੇਸ਼ ਵਿਦੇਸ਼ ਵੱਸਦੇ ਮੇਰੇ ਵੀਰ ਭੈਣ ਨੇ ਉਹ ਸਾਡੀ ਮਦਦ ਕਰਨ ਸਾਨੂੰ ਰਾਸ਼ਨ ਦੀ ਰਸਦ ਪਹੁੰਚਾਈ ਜਾਵੇ ਜਾਂ ਸਾਨੂੰ ਮਾਈਕ ਸਹਾਇਤਾ ਦੇਣ ਤਾਂ ਕਿ ਅਸੀਂ ਇਹਨਾਂ ਲੋਕਾਂ ਤੱਕ ਤੁਹਾਡੀ ਦਸਵੰਤ ਦੀ ਜਿਹੜੀ ਕਮਾਈ ਹੈ ਇਹਨਾਂ ਲੋਕਾਂ ਤੱਕ ਅਸੀਂ ਪਹੁੰਚਾ ਸਕੀਏ ਅਤੇ ਇਸ ਲੋਕਡਾਊਨ ਦੀ ਸਥਿਤੀ 'ਚ ਪੂਰੀ ਦੁਨੀਆ ਨੂੰ ਆਪਣੀ ਚਪੇਟ 'ਚ ਲਿੱਤਾ ਹੋਇਆ ਸਾਰੇ ਜਾਣਦੇ ਹੀ ਹਾਂ ਅਤੇ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੇਰੇ ਵੀਰ ਭਰਾ ਦੇਸ਼ ਵਿਦੇਸ਼ ਬੈਠੇ ਨੇ ਉਹ ਸਾਡੀ ਮਦਦ ਕਰਨ ਤਾਂ ਕਿ ਅਸੀਂ ਇਹਨਾਂ ਤੱਕ ਮਦਦ ਪਹੁੰਚਾ ਸਕੀਏ ਤੁਸੀਂ ਨੀਚੇ ਅਕਾਊਂਟ ਨੰਬਰ ਦੇਖ ਰਹੇ ਹੋ ਜੀ ਜਿਹੜੇ ਤੁਹਾਡੇ ਕੋਲ ਆ ਰਹੇ ਨੇ ਜਾਂ ਵਧੇਰੀ ਜਾਣਕਾਰੀ ਲਈ ਜੋ ਨੀਚੇ ਨੰਬਰ ਡਿਸਪਲੇ ਦਿੱਤੇ ਤੁਸੀਂ ਸਾਨੂੰ ਕੰਟੈਕਟ ਕਰੋ ਕੋਵਿਡ ਟ੍ਰਾਈਸਿਟੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਵੀ ਮੇਰਾ ਵੀਰ ਭੈਣ ਭਰਾ ਖਾਲੀ ਭੁੱਖਾ ਪੇਟ ਨਾ ਸੋਏ ਗੁਰੂ ਨਾਨਕ ਦੇਵ ਜੀ ਦੀ ਇਸ ਲੰਗਰ ਪ੍ਰਥਾ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਸਾਰਿਆਂ ਨੂੰ ਮੈਂ ਸੱਦਾ ਦਿੰਦਾ ਹਾਂ ਸਾਰੇ ਮੇਰੇ ਵੀਰ ਭੈਣ ਸਾਹਮਣੇ ਆਉਣ ਅਤੇ ਲੋਕਾਂ ਦੀ ਮਦਦ ਕਰਨ ਧੰਨਵਾਦ।